ചോടുന്നത്. ഡോക്യുമെന്റ് ഫോട്ടോ ഒക്കെ ചോദിച്ചു. ਇਹ ਸਿਰਫ ਇਹ ਚੀਜ਼ ਹੈ, ਮੈਂ ਇਹਨਾਂ ਨੂੰ ਪੜ੍ਹਾ ਵੀ ਦਿੱਤਾ ਜੋ ਇਹਦੇ ਇਹਦੇ ਅਗੇਂਸਟ ਲਿਖ ਕੇ ਭੇਜਿਆ ਹੈਗਾ. ਸਾਰੇ ਖਾਣੇ ਦਾ ਨਾਮ ਹੈ, ਸਾਰੇ ਖਾਣੇ ਦੇ ਕੰਮ ਹੈ, ਸਾਰਾ ਖਾਣੇ ਦਾ ਕੰਮ ਹੈ. ਗੱਲਬਾਤ ਨਾਲ ਨਹੀਂ ਭਰਿਆ ਜਾਣਾ, ਸਾਡੇ ਬੰਦੇ ਨੇ ਬਹੁਤ ਵੱਡਾ ਗੁਨਾਹ ਕੀਤਾ ਹੈਗਾ, ਉਹਦੇ ਲਈ ਮੈਂ ਮਾਫ਼ੀ ਮੰਗਦਾ. ਤੁਹਾਨੂੰ ਦਿੱਤਾ ਰਿਟਰਨ ਦੇ ਵਿੱਚ ਵੀ ਅਸੀਂ ਭੇਜਿਆ ਹੈਗਾ. ਐਸ ਐਸ ਪੀ ਸਾਹਿਬ ਵੀ ਬੜੇ ਸਟ੍ਰਿਕਟ ਨੇ ਇਸ ਚੀਜ਼ ਨੂੰ ਲੈ ਕੇ, ਉਹਨਾਂ ਨੇ ਵੀ ਨਹੀਂ ਬਖਸ਼ਣਾ ਹੈਗਾ. ਕਰੈਕਸ਼ਨ ਅਸੀਂ ਕਰ ਦਿੱਤੀ ਹੈਗੀ ਹੈ ਸਾਰੀ ਐਫ ਆਈ ਆਰ ਦੇ ਵਿੱਚ ਜੋ ਹੋਣੀ ਸੀਗੀ. ਅਤੇ ਇਹਦਾ ਤੁਸੀਂ ਮਤਲਬ ਕਰੋ, ਬੱਚੀ ਦਾ ਸੰਸਕਾਰ ਕਿਉਂ ਅਸੀਂ ਬੱਚੀ ਦੀ ਬੋਡੀ ਨੂੰ ਇੱਦਾਂ ਰੋਕਦਾ ਹੈ? ਅਸੀਂ ਤਾਂ ਉਹਨੂੰ ਸਰ ਇਸੇ ਕਰਕੇ ਰੁਕੇ ਸੀਗੇ ਕਿ ਇੱਕ ਤਾਂ ਐਫ ਆਈ ਆਰ ਗਲਤ ਹੁੰਦੀ ਹੈ, ਸਾਡੇ ਬਿਆਨ ਕੁਝ ਹੋਰ ਸੀਗੇ, ਅਤੇ ਜਿਹੜੇ ਅਸੀਂ ਬਿਆਨ ਦਿੱਤੇ ਔਰ ਅਸੀਂ ਕੋਲ ਸਾਈਨ ਕਰਕੇ ਆਏ ਹਾਂ, ਪ੍ਰੈਸ ਵਾਲਿਆਂ ਨੇ ਉਹਦੇ ਉੱਤੋਂ ਲਾਇਆ ਹੋਵੇ ਜੋ ਵੀ ਬਾਹਰ ਅਖਬਾਰ ਦੇ ਵਿੱਚ ਵੀ ਹੋਏ ਨੰਬਰ, ਠੀਕ ਹੈ, ਉਹ ਬਾਅਦ ਦੇ ਵਿੱਚ ਜਦੋਂ ਸਵੇਰੇ ਦੇਖਿਆ ਜਾ ਕੇ ਤਾਂ ਉੱਥੇ ਨੰਬਰ ਹੀ ਹੋਏ. ਸਾਰਾ ਕਰੈਕਟ ਕਰ ਦਿੱਤਾ ਹੈਗਾ, ਉਹਨੂੰ ਤੁਹਾਨੂੰ ਪੜ੍ਹਾ ਵੀ ਦਿੱਤਾ ਵੀ ਕਰੈਕਟ ਕਰ ਦਿੱਤਾ ਹੈਗਾ, ਜੋ ਉਹਨੇ ਗੁਨਾਹ ਕੀਤਾ ਹੈਗਾ ਉਹ ਠੀਕ ਹੈ. ਉਹ ਤਾਂ ਮੁਲਾਜ਼ਮ ਤੁਸੀਂ ਜਾਣੀ ਕਿ ਸਾਡੀ ਤਾਂ ਇਹੀ ਮੰਗ ਹੈ ਕਿ ਇੱਦਾਂ ਦਾ ਬੰਦਾ ਤਾਂ ਡਿਸਮਿਸ ਹੀ ਕਰਨਾ ਚਾਹੀਦਾ, ਪਰ ਸਸਪੈਂਡ ਸਾਨੂੰ ਸਸਪੈਂਡ ਦੇ ਆਰਡਰ ਜਿਹੜੇ ਅਸੀਂ ਜ਼ਰੂਰ ਚਾਹੀਦੇ. ਦੱਸ ਦਿੰਦਾ ਸੀ ਮੈਂ ਕਿ ਸਾਨੂੰ 5000 ਦੀ ਭੁੱਖ ਸੀ, 10000 ਦੀ ਸਾਨੂੰ ਦੱਸ ਦਿੰਦਾ ਸੀ 5000 ਦੇ ਅੰਦਰ. ਡੈਡ ਬੋਡੀ ਲੈਣ ਆਉਂਦੇ ਆ ਸਾਨੂੰ, ਪਹਿਲਾਂ ਉਹਦੀ ਕਾਪੀ ਦੇ ਦੋ, ਫਿਰ ਅਸੀਂ ਡੈਡ ਬੋਡੀ ਲੈ ਕੇ ਆ ਜਾਂਦੇ ਹਾਂ. ਮੈਨੂੰ ਕੀ ਮੇਰੇ ਮੇਰੇ ਨਾਲ ਨੇ ਬਿਆਨ ਸਿੰਘ ਨੇ ਇੰਸਪੈਕਟਰ ਸਾਹਿਬ ਨੇ ਜਿਹੜਾ ਸਾਨੂੰ ਸਾਡੇ ਸੀਨੀਅਰਸ ਨੂੰ ਮੇਰੇ ਐਸਐਸਪੀ ਸਾਹਿਬ ਨੂੰ ਇਸ ਗੱਲ ਦਾ ਇੰਨਾ ਗੁੱਸਾ ਵੀ ਇੰਨਾ ਹੋਇਆ ਕਿਤੇ ਫੋਨ ਨਾ ਲੈ ਤੂੰ ਮੈਂ ਤੋਂ ਸਾਡੇ ਤੋਂ ਦੇਖ ਕਿ ਇਹ ਚੀਜ਼ ਤਾਂ ਅਸੀਂ ਕਰੀ ਨਹੀਂ ਕਿਸੇ ਦਾ, ਬਹੁਤ ਧੰਨਵਾਦ ਜੀ ਆ ਜਿਹੜਾ ਤੁਸੀਂ ਸਾਡੇ ਤੋਂ ਬਸ ਚੇਂਜ ਕਰ ਦਿੱਤੀ, ਇਹ ਤੋਂ ਵੱਡੀ ਕਿਹੜੀ ਗੱਲ ਹੋ ਗਈ? ਦੇਖੋ ਜੀ ਤੁਸੀਂ ਸਾਨੂੰ ਪ੍ਰੂਫ ਦੇ ਦਿਓ, ਅਸੀਂ ਕਾਰਵਾਈ ਕਰ ਦਿੱਤੀ ਹੈ, ਅਸੀਂ ਸਸਪੈਂਡ ਕਰਦਾ, ਡਿਸਮਿਸ ਕਰ ਦਿੱਤਾ, ਅਸੀਂ ਸੰਸਕਾਰ ਕਰ ਦਿੱਤਾ. ਸਿੱਧੀ ਜੀ ਗੱਲ ਹੈ ਜੀ, ਉਹ ਤੇ ਬਾਹਲੀਆਂ ਗੱਲਾਂ ਦੀ ਲੋੜ ਨਹੀਂ. ਕੀ ਹਾਲ ਆ ਮਹਾਰਾਜ? ਤੇਰੇ ਜਾਂਦੇ ਨੇ, ਤੈਨੂੰ ਵੀ ਨਹੀਂ ਕੱਟ ਲਾ ਕੇ ਕਿਤੇ ਨਾ ਕਰਾਂ ਇਹ ਦੌੜ ਕੇ. ਉਹਦੇ ਐਫੀਡੇਟ ਮਿਲਦੇ ਪੈਸੇ ਕਰਾਓ ਬਿਲੋ ਕਰਾਓ.
ਅਸੀਂ ਆਪਣਾ ਸੰਸਕਾਰ ਕਰਨ ਲੱਗੇ ਹਾਂ। ਪਰ ਉਹ ਜੰਗ ਬਹਾਦਰ ਨੇ ਜੋ ਕੀਤਾ ਗਲਤ ਕੀਤਾ। ਇੱਕ ਬੱਚੀ ਦਾ ਜਾਣੀ ਕਿ ਐਕਸੀਡੈਂਟ ਕੇਸ ਹੋਇਆ, 10 ਸਾਲ ਦੀ ਬੱਚੀ ਆ, ਉਹਨੂੰ ਇਹਨਾਂ ਨੇ ਪੈਸੇ ਲੈ ਕੇ 12,000 ਰੁਪਈਆ ਨੇ ਲਿਆ। ਸਾਡੇ ਸੁਣਨ 'ਚ ਆਉਂਦਾ, ਸਾਡੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ 12,000 'ਚ ਸੌਦਾ ਹੋਇਆ। ਇੱਕ 12,000 ਬਦਲੇ ਗਰੀਬ ਪਰਿਵਾਰ ਬਾਲਵੀਕ ਦਾ ਉਹ ਇੱਦਾਂ ਹੋਈ ਜਾਂਦਾ ਧੱਕਾ ਹੋਇਆ ਸਕੂਲ ਖਿਲਾਫ। ਪਰ DSP ਸਾਹਿਬ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ। ਸਾਡਾ ਜੋ ਇਹਨਾਂ ਨੇ ਕੀਤਾ, ਆਪਾਂ ਇਹਨਾਂ ਦੇ ਸਿਰ ਮੱਥੇ, ਸਾਨੂੰ ਇਹੀ ਸਾਡੀ ਸ਼ਰਤ ਸੀ। ਗਾਂਹ ਜਿਹੜੀ ਉਹਦੀ ਕਾਰਵਾਈ ਆ ਉਹ ਪ੍ਰੋਪਰ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ। ਔਰ ਹੋਰ ਵੀ ਜਿਹਨਾਂ ਤੋਂ ਪੈਸੇ ਲਏ, ਮੈਂ ਕੋਸ਼ਿਸ਼ ਕਰੂੰਗਾ ਕਿ ਸਕੂਲ ਖਿਲਾਫ ਕੀ ਕਾਰਵਾਈ ਦੀ ਮੰਗ ਕਰ ਦਿਓ। ਸਕੂਲ ਪ੍ਰਤੀ ਵੀ ਹੋਣੀ ਚਾਹੀਦੀ ਆ, ਕਿਉਂਕਿ ਬੱਸ ਪਾਸਿੰਗ ਨਹੀਂ ਹੈਗੀ। ਦੂਜੀ ਗੱਲ ਕਿ ਉਹਦੇ ਇੰਸ਼ੋਰੈਂਸ ਨਹੀਂ ਹੈਗੀ। 45 ਬੱਚੇ ਉਹਦੇ ਵਿੱਚ ਡੇਲੀ ਆਉਂਦੇ ਜਾਂਦੇ ਆ। ਇਸ ਡਰਾਈਵਰ ਨੂੰ 2 ਵਾਰ ਅਸੀਂ ਪਹਿਲਾਂ ਵਾਰਨਿੰਗ ਦੇ ਚੁੱਕੇ ਹਾਂ ਔਰ ਇੱਕ ਕੁੜੀ ਨੂੰ ਪਹਿਲਾਂ ਵੀ ਸਾਈਡ ਮਾਰ ਚੁੱਕਾ ਹੈ। ਡੈਥ ਹੋਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ 'ਤੇ ਪਹੁੰਚਿਆ ਇੱਥੇ? ਸਾਡੇ ਕੋਲ ਕੋਈ ਨਹੀਂ ਪਹੁੰਚਿਆ, ਨਾ ਇਹਨਾਂ ਦੇ ਘਰ ਪਹੁੰਚਿਆ, ਨਾ ਇੱਥੇ ਪਹੁੰਚਿਆ। ਛੋਟੀ ਬੱਚੀ ਦੀ ਡੈਥ ਹੋ ਗਈ ਸੀਗੀ। ਉਸ ਤੋਂ ਬਾਅਦ FIR ਲੌਂਚ ਕਰਕੇ ਡਰਾਈਵਰ ਨੂੰ ਹਿਰਾਸਤ ਵਿੱਚ ਲਿਆ ਗਿਆ। ਪਿੰਡ ਵਾਲਿਆਂ ਦਾ ਰੋਸ ਸੀਗਾ ਕਿ ਕੋਈ ਗਲਤ ਬੱਸ ਪੁਲਿਸ ਨੇ ਕਾਬੂ ਵਿੱਚ ਲਿੱਤੀ ਹੈ, ਜਿਸ ਨੂੰ ਵੈਰੀਫਾਈ ਕਰਕੇ ਠੀਕ ਬੱਸ ਨੂੰ ਕਬਜ਼ਾ ਪੁਲਿਸ ਵਿੱਚ ਲਿਆ ਗਿਆ ਹੈ। ਇਨਕੁਆਇਰੀ ਅਫਸਰ ਨੂੰ ਸਸਪੈਂਡ ਕਰਕੇ ਉਸਦੇ ਖਿਲਾਫ਼ ਡਿਪਾਰਟਮੈਂਟਲ ਪ੍ਰੋਸੀਡਿੰਗਸ ਇਨੀਸ਼ੀਏਟ ਕੀਤੀਆਂ।